ਮੋਜਾ ਲੱਗੀਆਂ ਸਾਰਿਆਂ ਨੂੰ ਕੰਮ ਤੇ ਕੱਲੀ ਜਨਾਨੀ ਦੇ ਵਧੇ ਆ ਹੁਣ ਮੈਂ ਇਹਨਾਂ ਨੂੰ ਉਠਾਉਣ ਦੀ ਚਾਹ ਬਣਾ ਕੇ ਹਰੇ ਤੱਕ ਉੱਠੇ ਨਹੀਂ ਆ ਉੱਠੋ ਕਿੱਡੀ ਭੂਕ ਸੁੱਤੇ ਉੱਠੋ ਕੀ ਹੋਇਆ ਉੱਠੋ ਜਾ ਮੈਂ ਝਾੜੂ ਝੂੜੂ ਲਾਉਣਾ ਵਾ ਮੈਂ ਆਪ ਚਾਦਰ ਝਾੜਨੀ ਆ ਚਾਦਰ ਲਾਉਣਾ ਮੈਂ ਮਿੰਟ ਲਾਉਣਾ ਚਾਦਰ ਝਾੜਨੀ ਮੈਂ ਉੱਠੋ ਪਹਿਲਾਂ ਛੇਤੀ ਕਰ ਲਾ ਦੇ ਨੀਂਦ ਆਈ ਮੈਨੂੰ ਨਹੀਂ ਪਤਾ 1 ਮਿੰਟ ਵਿੱਚ ਉੱਠਨੇ ਚਾਹੀਦੇ ਸ਼ੁਰੂ ਉੱਠੋ ਜਲਦੀ ਆ ਜਾ ਉਹਦੇ ਨੂੰ ਪਾਣੀ ਪੀ ਜਾ ਉਹ ਚੜਿਆ ਵਾ चलो काम तो करा नहीं हों चल उठ मैं झाड़ू लाया ना पोचा ला मगर चल 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 नहीं ठीक है तू भी उठ चल चल आ सारी सफाई कर चल गड्डी का सेट कर चलो मैंने तो पट्टे पा के और डंगर सोन दे यार की क्यों सोना की है चलो चलो खलाना पाई जंदे जिथे मैं सफाई करदी उथे खलाना पाई जंदे सोन यार तू उथे आई नहीं है तो मैं की करा पियो चाय ते चलो दौड़ो मिनटो मिनटी चलो हायरे बाहर दी तक चाय नहीं पीती गई चाय तत्ती बड़ी है ले इन्नी भी नहीं तत्ती है की आ दो कोट बैठ चलो उठो मिनटो मिनटी होने तो भी होने आ गया सामान बड़ी बड़ी चुप करके ना रोटियां पकन लगिया वा परौंठे पका दिनी पर मैं मैगी मुगी नहीं बना के देनी दोपहरे भी ढाडा ही पंगा रहना वा चुप करके पहला सिदकना परौंठे खाओ तो फिर सारा कुछ बना रीस नाल ही होना है ना तो ये ना मेनू ही खा लो दोवें जाने मेनू ने मैं कहा मेनू खा लो तो ही मैं परौंठे पकाउन दी है ना तो परौंठे हां जी गल सुनी यार आई हां जी ओ यार गर्मी है इतनी जल्दी दसी ना दे परौंठे पकाउन दी है ओ खा लो हां पहला चल रोटी नाल ले दे ना स्वाद लगनी और काम बता दा ਗਰਮੀ ਹੋਈ ਰਹੀ ਹੈ ਠੀਕ ਆ ਮੈਂ ਨਹਾਣਾ ਤੇ ਲਿਆ ਰੋਟੀ ਦੱਸੀ ਜਾਂਦੇ ਆ ਜਦ ਮੈਂ ਨਹਾਣਾ ਫਿਰ ਰੋਟੀ ਲਿਆ ਹਾਂਜੀ ਮੈਂ ਤੋੜੀ ਬਣਾਈ ਆ ਜਦ ਤੋੜੀ ਆਵੇ ਸਾਹਮਣੇ ਪਿਆ ਵਾ ਦਿਖਣ ਨਹੀਂ ਪਿਆ ਕਿੱਥੇ ਮੈਨੂੰ ਦਿਖਿਆ ਨਹੀਂ ਲੈ ਸਾਹਮਣੇ ਮੈਂ ਟਾਂਗਦੇ ਹੀ ਸਵੇਰੇ ਸਵੇਰੇ ਕਿ ਮੇਰਾ ਜਿਹੜਾ ਵਾ ਮੈਨੂੰ ਕੋਈ ਆਵਾਜ਼ ਨਹੀਂ ਮਾਰੂਗਾ ਮੇਰੇ ਕੱਪੜੇ ਵੀ ਕੱਢ ਦੇ ਜਾਂ ਮੈਂ ਨਹੀਂ ਕੱਢਣੇ ਆਪੇ ਨੇ ਕੱਢ ਹੀ ਦੇਣੀ ਆ ਕੱਪੜੇ ਫਿਰ ਵਾਜਾਂ ਮਾਰੀ ਜਾਣੀਆਂ ਮੇਰੇ ਉਹਨਾਂ ਨੇ ਕਿਹੜਾ ਸਾਹਮਣੇ ਰੱਖੇ ਨਹੀਂ ਲੱਭਣੇ शुकर है कि काम मुकया सवेर का मैं हूं महा ही वेली हुई रोटी पाइप ਬਣਾਉਣੀ ਸਿੱਖ ਹੀ ਲਓ ਹਾਂ ਅਜੇ ਕੀ ਪਤਾ ਵਾ ਤੇ ਇਹੀ ਕੰਮ ਆਉਣਾ ਹੁਣ ਮੈਂ ਹੁਣ ਬਣਾ ਦੇ ਮੈਂ ਤਾਂ ਟੀਵੀ ਨਹੀਂ ਚੱਲਣ ਗਿਆ ਲਾਗੇ ਹਾਏ ਹੁਣ ਟੀਵੀ ਵੀ ਮੰਮਾ ਹੀ ਲਾ ਕੇ ਦਵੇ ਕੋਈ ਕੰਮ ਪਾਪਾ ਨੂੰ ਵੀ ਦੱਸ ਦਿਆ ਕਰ ਇੱਧਰ ਦੱਸੋ ਕੰਮ ਹੁਣ ਮੈਂ ਨਹੀਂ ਉਹ ਕਰਨਾ ਹੁਣ ਕੋਈ ਵੀ ਉਹ ਤਾਂ ਲਾਣਾ ਕੋਈ ਟੀਵੀ ਲੈ ਉਹ ਤਾਂ ਲਾਣਾ ਮੈਂ ਪੁੱਠੀ ਲੀ ਚਾਹ ਸੀ ਤੈਨੂੰ ਭੁੱਖ ਲੱਗੀ ਹੈ ਚਾਹ ਪੀਣੀ ਹੈ ਭੁੱਖ ਹੀ ਲੱਗਣੀ ਹੈ ਸਾਰਾ ਦਿਨ ਤਾਂ ਕਿਆ ਮੰਮਾ ਚਾਹ ਪਾਉਣ ਲੱਗੀ ਹੈ चल फिर गोलगप्पे बनाओ पहला चुप करके बह जाओ इत्थे दोवें जाने काम करो मैं गोलगप्पे भी बन दें चलो जो बैग फड़ा दो उदो आर्डर स्टार्ट इन्हों के चलो खोलो बैग
ਮਿੱਠੀਆਂ ਸ਼ੀਵੀ ਬਣਾਉਣਾ।